ਸਾਡੇ ਕੋਲ ਇੱਕ ਮੈਂ ਕਾਪਰ ਵਾਇਰ ਦੀ ਜਿਹੜੀ ਹੈ ਕੁੰਡਲੀ ਬਣਾਈ ਹੋਈ ਹੈ, ਕੋਇਲ ਬਣਾਈ ਹੋਈ ਹੈ। ਇਸ ਕੋਇਲ ਦਾ ਇੱਕ ਸਿਰਾ ਮੈਂ ਬੈਟਰੀ ਇਲੈਮੀਨੇਟਰ ਦੇ ਪੋਜ਼ਿਟਿਵ ਟਰਮੀਨਲ ਦੇ ਨਾਲ ਅਤੇ ਦੂਜਾ ਸਿਰਾ ਜਿਹੜਾ ਹੈ ਉਹ ਬੈਟਰੀ ਇਲੈਮੀਨੇਟਰ ਦੇ ਨੈਗੇਟਿਵ ਟਰਮੀਨਲ ਨਾਲ ਜੁੜਿਆ ਹੋਇਆ ਹੈ। ਪੋਜ਼ਿਟਿਵ ਟਰਮੀਨਲ ਦੇ ਨਾਲ ਜੁੜਿਆ ਹੋਇਆ ਸਿਰਾ ਦੇਖੋ ਤੁਸੀਂ, ਉਹਦੀ ਤਾਰ ਜਿਹੜੀ ਇਸ ਡਾਇਰੈਕਸ਼ਨ ਤੋਂ ਇਸ ਡਾਇਰੈਕਸ਼ਨ ਵੱਲ ਜਾ ਰਹੀ ਹੈ। ਦੈਟ ਮੀਨ ਜਦੋਂ ਆਪਾਂ ਇਲੈਕਟ੍ਰਿਕ ਕਰੰਟ ਇੱਥੋਂ ਪਾਸ ਕਰਾਵਾਂਗੇ, ਬੈਟਰੀ ਇਲੈਮੀਨੇਟਰ ਨੂੰ ਔਨ ਕਰਾਂਗੇ, ਤਾਂ ਸਾਡੀ ਕਰੰਟ ਦੀ ਦਿਸ਼ਾ ਜਿਹੜੀ ਬਿਜਲੀ ਧਾਰਾ ਦਿਸ਼ਾ ਉਹ ਮੇਰੇ ਵਾਲੀ ਸਾਈਡ ਤੋਂ ਪਰੇ ਇਸ ਸਾਈਡ ਹੋਏਗੀ। ਸੋ ਇਸ ਤੋਂ ਇਲਾਵਾ ਆਪਾਂ ਇੱਕ ਯੂ ਸ਼ੇਪ ਜਿਹੜਾ ਹੈ ਉਹ ਮੈਗਨੇਟ ਲਿਆ ਹੋਇਆ ਹੈ। ਯੂ ਸ਼ੇਪ ਮੈਗਨੇਟ ਦੇ ਵਿੱਚ ਜਿਹੜੇ ਇਹਦੇ ਦੋਨੋਂ ਸਿਰੇ ਹਨ, ਇੱਕ ਸਿਰਾ ਇਹਦਾ ਉੱਤਰੀ ਧਰੁਵ ਹੈ, ਇੱਕ ਦੱਖਣੀ ਧਰੁਵ, ਮੀਨਸ ਇੱਕ ਨੌਰਥ ਪੋਲ ਹੈ ਇੱਕ ਸਾਊਥ ਪੋਲ। ਹੁਣ ਆਪਾਂ ਇਸ ਕੋਇਲ ਨੂੰ ਇਸ ਚੁੰਬਕੀ ਖੇਤਰ ਵਿੱਚ ਰੱਖਣਾ ਹੈ। ਤੁਸੀਂ ਦੇਖ ਸਕਦੇ ਹੋ ਉੱਤਰੀ ਧਰੁਵ ਜਿਹੜਾ ਹੈ ਨੌਰਥ ਪੋਲ ਹੈ ਉਹ ਮੈਂ ਥੱਲੇ ਪਾਸੇ ਰੱਖ ਰਿਹਾ ਹਾਂ ਅਤੇ ਦੱਖਣੀ ਧਰੁਵ ਜਿਹੜਾ ਉੱਪਰ ਹੈ। ਸੋ ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਜਿਹੜੇ ਚੁੰਬਕੀ ਖੇਤਰ ਦੀ ਦਿਸ਼ਾ ਹੈ ਉਹ ਉੱਤਰ ਤੋਂ ਦੱਖਣ ਵੱਲ ਹੁੰਦੀ ਹੈ ਚੁੰਬਕੇ ਦੇ ਬਾਹਰ। ਸੋ ਸਾਡੀ ਚੁੰਬਕੀ ਖੇਤਰ ਦੀ ਦਿਸ਼ਾ ਥੱਲੇ ਉੱਪਰ ਨੂੰ ਹੋਵੇਗੀ। ਹੁਣ ਸਾਡੇ ਕੋਲ ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਦੇ ਅਨੁਸਾਰ ਜਿਹੜਾ ਕਹਿੰਦਾ ਹੈ ਕਿ ਆਪਣੀ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰ ਦੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੁਲਾਓ ਕਿ ਇਹ ਤਿੰਨੇ ਇੱਕ ਦੂਸਰੇ ਦੇ ਲੰਬ ਦਿਸ਼ਾ ਵਿੱਚ ਹੋਣ। ਆਪਣੀ ਪਹਿਲੀ ਉਂਗਲੀ ਨੂੰ ਚੁੰਬਕੀ ਖੇਤਰ ਦੀ ਦਿਸ਼ਾ 'ਚ ਰੱਖੋ, ਵਿਚਕਾਰ ਦੀ ਉਂਗਲੀ ਨੂੰ ਬਿਜਲੀ ਦਾ ਦਿਸ਼ਾ ਰੱਖੋ ਅਤੇ ਜਿਹੜਾ ਅੰਗੂਠਾ ਹੋਵੇਗਾ, ਜਿਸ ਦਿਸ਼ਾ 'ਚ ਸਾਡਾ ਅੰਗੂਠਾ ਹੋਵੇਗਾ ਉਹ ਸਾਨੂੰ ਉਸ ਚਾਲਕ ਉੱਤੇ ਜਿਹੜਾ ਜਿਸ 'ਚੋਂ ਬਿਜਲੀ ਧਾਰਾ ਲੰਘ ਰਹੀ ਹੈ ਬਲਬ ਦੀ ਦਿਸ਼ਾ ਨੂੰ ਦੱਸੇਗਾ। ਸੋ ਇਹ ਸਾਡੇ ਕੋਲ ਆਪਾਂ ਇੱਥੇ ਅਪਲਾਈ ਕਰਕੇ ਫਾਈਂਡ ਕਰ ਸਕਦੇ ਹਾਂ। ਦੇਖੋ ਤੁਸੀਂ ਬਿਜਲੀ ਧਾਰਾ ਥੱਲੇ ਉੱਪਰ ਨੂੰ ਹੈ, ਚੁੰਬਕੀ ਖੇਤਰ ਥੱਲੇ ਉੱਪਰ ਨੂੰ ਹੈ ਉੱਤਰ ਤੋਂ ਦੱਖਣ ਵੱਲ, ਬਿਜਲੀ ਧਾਰਾ ਸੱਜੇ ਆਪਣੇ ਸੱਜੇ ਪਾਸੇ ਮੇਰੇ ਵਾਲੇ ਪਾਸੇ ਉਹ ਉੱਧਰ ਨੂੰ ਖੱਬੇ ਪਾਸੇ ਨੂੰ ਹੈ, ਭਾਵ ਬੈਟਰੀ ਇਲਿਮੀਨੇਟ ਦੇ ਪੋਜ਼ਿਟਿਵ ਤੋਂ ਨੈਗੇਟਿਵ ਵੱਲ। ਸੋ ਬਲ ਬਾਹਰ ਵੱਲ ਲੱਗੇਗਾ। ਹੁਣ ਇਹ ਸਾਡਾ ਟ੍ਰੈਡੀਸ਼ਨਲ ਮੈਥਡ ਹੈ, ਆਪਾਂ ਇੱਕ ਇੱਥੇ ਨਵੀਂ ਇਨੋਵੇਸ਼ਨ ਕੀਤੀ ਹੈ। ਮੈਂ ਇੱਕ ਇੱਥੇ ਗਲਵਸ ਤਿਆਰ ਕੀਤਾ ਹੈ ਜਿਹਦੇ ਉੱਤੇ ਆਪਾਂ ਆਲਰੇਡੀ ਜਿਹੜੀਆਂ ਡਾਇਰੈਕਸ਼ਨ ਜਿਹੜੀਆਂ ਤਿੰਨਾਂ ਉਂਗਲੀਆਂ ਕਿਹੜੀ ਰਾਸ਼ੀ ਨੂੰ ਦੱਸਦੀਆਂ ਹਨ ਉਹ ਆਪਾਂ ਮਾਰ ਕੀਤੀਆਂ ਹੋਈਆਂ ਹਨ। ਸੋ ਇਸ ਗਲਵਸ ਦੀ ਸਹਾਇਤਾ ਦੇ ਨਾਲ ਆਪਾਂ ਦਸਤਾਨੇ ਦੀ ਸਹਾਇਤਾ ਨਾਲ ਦੇਖੋ ਤੁਸੀਂ ਚੁੰਬਕੀ ਖੇਤਰ ਥੱਲੇ ਉੱਪਰ ਨੂੰ, ਸੋ ਸਾਡੇ ਕੋਲ ਚੁੰਬਕੀ ਖੇਤਰ ਥੱਲੇ ਉੱਪਰ ਨੂੰ ਹੈ ਅਤੇ ਬਿਜਲੀ ਧਾਰਾ ਸਾਡੇ ਕੋਲ ਸੱਜਿਓਂ ਖੱਬੇ ਨੂੰ ਹੈ ਅਤੇ ਬਲ ਸਾਡਾ ਬਾਹਰ ਲੱਗੇਗਾ ਉਹ। ਹੁਣ ਤੁਸੀਂ ਦੇਖ ਸਕਦੇ ਹੋ ਚੁੰਬਕੀ ਖੇਤਰ ਦੀ ਦਿਸ਼ਾ ਥੱਲਿਓਂ ਉੱਪਰ ਨੂੰ ਹੈ ਉੱਤਰ ਤੋਂ ਦੱਖਣ ਵੱਲ, ਬਿਜਲੀ ਧਾਰਾ ਦਿਸ਼ਾ ਹੈ ਪੋਜ਼ਿਟਿਵ ਟਰਮੀਨਲ ਤੋਂ ਨੈਗੇਟਿਵ ਟਰਮੀਨਲ, ਸੋ ਉਂਗਲੀ ਸਾਡੀ ਇੱਧਰ ਹੈ। ਸੋ ਬਲ ਸਾਡਾ ਬਾਹਰ ਵੱਲ ਲੱਗੇਗਾ। ਆਪਾਂ ਬੈਟਰੀ ਇਲੈਮੀਨੇਟਰ ਨੂੰ ਔਨ ਕਰਦੇ ਹਾਂ ਅਤੇ ਦੇਖਦੇ ਹਾਂ ਸਾਡਾ ਬਲ ਜਿਹੜਾ ਹੈ ਉਹ ਬਾਹਰ ਵੱਲ ਨੂੰ ਲੱਗਦਾ ਹੈ ਕਿ ਨਹੀਂ। ਸੋ ਇਹਨੂੰ ਪਹਿਲਾਂ ਰੋਕਦੇ ਹਾਂ। ਹਾਂਜੀ, ਸੋ ਤੁਸੀਂ ਦੇਖ ਸਕਦੇ ਹੋ ਕੁੰਡਲੀ ਉੱਤੇ ਬਲ ਜੋ ਹੈ ਉਹ ਬਾਹਰ ਵੱਲ ਨੂੰ ਲੱਗ ਰਿਹਾ ਹੈ। ਹਾਂਜੀ, ਇੱਕ ਵਾਰ ਅਸੀਂ ਦੁਬਾਰਾ ਫਿਰ ਦੇਖਦੇ ਹਾਂ ਕਿ ਬਲ ਜਿਹੜਾ ਹੈ ਜਿਹੜਾ ਆਪਾਂ ਫਲੈਮਿੰਗ ਦਾ ਖੱਬੇ ਹੱਥ ਦਾ ਨਿਯਮ ਲਗਾਇਆ ਬਾਹਰ ਵੱਲ ਨੂੰ ਲੱਗ ਰਿਹਾ ਹੈ ਉਹ ਸੱਚ ਵਿੱਚ ਬਾਹਰ ਵੱਲ ਨੂੰ ਲੱਗ ਰਿਹਾ ਕਿ ਨਹੀਂ। ਸੋ ਆਪਾਂ ਦੁਬਾਰਾ ਦੇਖ ਰਹੇ ਹਾਂ ਬਲ ਜਿਹੜਾ ਹੈ ਬਾਹਰ ਵੱਲ ਨੂੰ ਲੱਗ ਰਿਹਾ ਹੈ। ਸੋ ਦੂਜਾ ਆਪਾਂ ਜੇ ਇਹਦੇ ਵਿੱਚ ਇੱਕ ਚੀਜ਼ ਨੂੰ ਬਿਜਲੀ ਧਾਰਾ ਦੀ ਦਿਸ਼ਾ ਵਿੱਚੋਂ ਜਾਂ ਚੁੰਬਕੀ ਖੇਤਰ ਦੀ ਦਿਸ਼ਾ ਵਿੱਚੋਂ ਇੱਕ ਦਿਸ਼ਾ ਨੂੰ ਬਦਲ ਦਈਏ ਤਾਂ ਸਾਡੇ ਬਲ ਦੀ ਦਿਸ਼ਾ ਵੀ ਬਦਲ ਜਾਏਗੀ। ਤੁਸੀਂ ਦੇਖ ਸਕਦੇ ਹੋ ਦੱਖਣੀ ਸਿਰਾ ਜਿਹੜਾ ਹੈ ਹੁਣ ਮੈਂ ਥੱਲੇ ਰੱਖਣ ਜਾ ਰਿਹਾ ਹਾਂ। ਜੇ ਦੱਖਣੀ ਸਿਰਾ ਸਾਡਾ ਥੱਲੇ ਹੈ ਇਹਦਾ ਮਤਲਬ ਇਹ ਹੋਇਆ ਕਿ ਚੁੰਬਕੀ ਖੇਤਰ ਜਿਹੜਾ ਹੈ ਉਹ ਸਾਡਾ ਉੱਪਰੋਂ ਥੱਲੇ ਵੱਲ ਹੋ ਗਿਆ ਚੁੰਬਕੀ ਖੇਤਰ ਦੀ ਦਿਸ਼ਾ। ਸੋ ਬਿਜਲੀ ਧਾਰਾ ਸਾਡੀ ਉਹ ਹੀ ਰਹੇਗੀ। ਸੋ ਸਾਡਾ ਬਲ ਜਿਹੜਾ ਹੈ ਉਹ ਅੰਦਰ ਨੂੰ ਲੱਗ ਰਿਹਾ, ਸਾਡਾ ਜਿਹੜਾ ਬਲ ਹੈ ਉਹ ਅੰਦਰ ਨੂੰ ਲੱਗੇਗਾ। ਸੋ ਆਪਾਂ ਬੈਟਰੀ ਇਲੈਮੀਨੇਟਰ ਨੂੰ ਔਨ ਕਰਨਾ ਹੈ ਅਜੇ ਆਪਣਾ ਫੈਮਿਲੀ ਦੇ ਖੱਬੇ ਹੱਥ ਦਿਸ਼ਾ ਨਾਲ ਸਾਡਾ ਬਲ ਅੰਦਰ ਨੂੰ ਲੱਗੇਗਾ। ਸੋ ਆਪਾਂ ਦੇਖਦੇ ਹਾਂ ਬਲ ਜਿਹੜਾ ਅੰਦਰ ਨੂੰ ਲੱਗ ਰਿਹਾ ਕਿ ਨਹੀਂ। ਬਿਜਲੀ ਧਾਰਾ ਦਿਸ਼ਾ ਉਹੀ ਹੈ ਇਹ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਬੈਟਰੀ ਇਲੈਮੀਨੇਟਰ ਦੇ ਟਰਮੀਨਲ ਦੇ ਨਾਲ ਤਾਰਾਂ ਜਿਹੜੀਆਂ ਲੱਗੀਆਂ ਜਿਹੜੀ ਪੋਜ਼ਿਟਿਵ ਪੋਜ਼ਿਟਿਵ ਸੀ ਨੈਗੇਟਿਵ ਨੈਗੇਟਿਵ ਉਹੀ ਹੈ। ਸੋ ਆਪਾਂ ਚੇਂਜ ਨਹੀਂ ਕੀਤੀ। ਸੋ ਚੁੰਬਕੀ ਖੇਤਰ ਉੱਪਰੋਂ ਥੱਲੇ ਵੱਲ ਹੈ ਸੋ ਔਨ ਕਰ ਰਹੇ ਹਾਂ ਆਪਾਂ। ਸੋ ਬਲ ਜਿਹੜਾ ਹੈ ਸਾਡਾ ਅੰਦਰ ਵੱਲ ਨੂੰ ਲੱਗ ਰਿਹਾ ਹੈ। ਸੋ ਇਹ ਜਿਹੜਾ ਇਸ ਕੋਇਲ ਦੇ ਉੱਤੇ ਬਲ ਲੱਗ ਰਿਹਾ ਹੈ ਇਹ ਤਿੰਨ ਕਾਰਕਾਂ ਦੇ ਉੱਤੇ ਨਿਰਭਰ ਕਰਦਾ ਹੈ। ਇੱਕ ਤਾਂ ਇਸ ਕੋਇਲ ਵਿੱਚ ਕਿੰਨੀਆਂ ਨੰਬਰ ਆਫ ਟਰਨਸ ਹਨ, ਕਿੰਨੇ ਲਪੇਟੇ ਕੀਤੇ ਹੋਏ ਹਨ, ਜਿੰਨੇ ਲਪੇਟੇ ਜ਼ਿਆਦਾ ਹੋਣਗੇ ਉਹਨਾਂ ਬਲ ਜ਼ਿਆਦਾ ਲੱਗੇਗਾ। ਦੂਜਾ ਸਾਡਾ ਬੈਟਰੀ ਵਿੱਚੋਂ ਜਿਹੜਾ ਕਰੰਟ ਪਾਸ ਹੋ ਰਿਹਾ ਹੈ ਉਹ ਕਿੰਨਾ ਹੋ ਰਿਹਾ ਹੈ। ਕਰੰਟ ਪਾਸ ਹੋਣ ਦਾ ਮਤਲਬ ਕਿ ਜਿੰਨਾ ਸਾਡਾ ਪੋਟੈਂਸ਼ੀਅਲ ਤਾਂ ਜ਼ਿਆਦਾ ਹੋਵੇਗਾ ਉਹਨਾਂ ਸਾਡਾ ਇਲੈਕਟ੍ਰਿਕ ਕਰੰਟ ਜਿਹੜਾ ਹੈ ਉਹ ਜ਼ਿਆਦਾ ਹੋਵੇਗਾ। ਸੋ ਇਲੈਕਟ੍ਰਿਕ ਕਰੰਟ ਜਿਹੜਾ ਹੈ ਜ਼ਿਆਦਾ ਤਾਂ ਹੀ ਹੋਵੇਗਾ ਜੇ ਵੋਲਟੇਜ ਜ਼ਿਆਦਾ ਹੋਵੇਗੀ, ਸਾਡਾ ਪੋਟੈਂਸ਼ੀਅਲ ਵੀ ਜ਼ਿਆਦਾ ਹੋਵੇਗਾ। ਸੋ ਫੋਰਸ ਵੀ ਸਾਡੀ ਜਿਹੜੀ ਆ ਉਹ ਜ਼ਿਆਦਾ ਹੋਵੇਗੀ। ਸੋ ਦੂਜਾ ਫੋਰਸ ਦਾ ਫੈਕਟਰ ਜਿਹੜਾ ਨੰਬਰ ਆਫ ਟਰਨਸ ਕਿੰਨੀਆਂ ਅਤੇ ਤੀਜਾ ਫੋਰਸ ਵਾਲਾ ਫੈਕਟਰ ਜਿਹੜਾ ਹੈ ਸਾਡਾ ਕਿ ਜਿਹੜਾ ਚੁੰਬਕੀ ਖੇਤਰ ਹੈ ਚੁੰਬਕੀ ਖੇਤਰ ਨੂੰ ਬੀ ਲਿਖਦੇ ਹਾਂ। ਸੋ ਬੀ ਜਿਹੜਾ ਕਿੰਨਾ ਜ਼ਿਆਦਾ ਹੋਵੇਗਾ। ਸੋ ਤਿੰਨ ਫੈਕਟਰ ਮੇਨ ਜਿਹੜੇ ਆ ਜਿਹਦੇ ਉੱਤੇ ਸਾਡਾ ਬਲ ਕਿਸੇ ਕੋਇਲ ਉੱਤੇ ਬਿਜਲੀ ਧਾਰਾ ਵਾਲੇ ਕੋਇਲ ਉੱਤੇ ਜਾਂ ਕੰਡਕਟਰ ਉੱਤੇ ਕਿੰਨਾ ਲੱਗਣਾ ਹੈ ਉਹ ਨਿਰਭਰ ਕਰਦਾ ਹੈ। ਸੋ ਆਈ ਜੀ ਕਿਉਂਕਿ ਆਸ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।